ਕੈਪਟਨ ਸਾਹਿਬ, ਤੁਸੀਂ ਸਾਡੇ ਪਿਓ ਦੀ ਸਹੁੰ ਖਾਧੀ ਸੀ ਕਿ 4 ਦਿਨਾਂ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ। 2500 ਰੁਪਈਏ ਦੇ ਮੇਰੇ ਪਿਓ ਨੇ ਮਿਹਨਤ ਕਰ ਕਰਕੇ ਮੈਨੂੰ ਪੜ੍ਹਾਇਆ, ਮਿਹਨਤ ਕਰ ਕਰਕੇ। ਕੋਈ ਸਾਡੀ ਪੈਲੀ ਨਹੀਂ ਸੀ, ਕੋਈ ਸਾਡਾ ਕੋਈ ਕੁਛ ਨਹੀਂ ਸੀ। ਜਦੋਂ ਕਿਸੇ ਦੇ ਘਰ 'ਚ ਅੱਗ ਲੱਗਦੀ ਨਾ, ਦੂਜਾ ਵੇਂਦਾ ਵਾ, ਪਰ ਇਹ ਅੱਗ ਘਰ ਘਰ ਪਹੁੰਚ ਰਹੀ ਜੇ। ਕੈਪਟਨ ਸਾਹਿਬ, ਇਹ ਅੱਗ ਘਰ ਘਰ ਪਹੁੰਚ ਰਹੀ ਜੇ। ਸੋਸ਼ਲ ਮੀਡੀਆ ਤੇ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਉਸ ਨੌਜਵਾਨ ਨੇ ਆਪਣਾ ਚਿਹਰਾ ਢੱਕਿਆ ਹੋਇਆ ਹੈ ਤੇ ਪੰਜਾਬ ਸਰਕਾਰ ਦੇ ਖਿਲਾਫ ਉਸ ਦੀਆਂ ਗੱਲਾਂ ਤੋਂ ਸ਼ਰੇਆਮ ਜਿਹੜਾ ਗੁੱਸਾ ਹੈ ਉਹ ਸੁਣਨੇ ਨੂੰ ਮਿਲਦਾ ਹੈ। ਔਰ ਖਾਸ ਕਰਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮੁਹਿੰਮ ਸ਼ੁਰੂ ਕੀਤੀ ਸੀ ਔਰ ਇਹਨਾਂ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਦੀ ਕਸਮ ਖਾਧੀ ਸੀ, ਤਾਂ ਉਸ ਵੇਲਾਂ ਪੂਰੇ ਪੰਜਾਬ ਨੂੰ ਇੰਜ ਹੋ ਗਿਆ ਸੀ ਕਿ ਕਾਂਗਰਸ ਸਰਕਾਰ ਆਏਗੀ ਤੇ ਹਾਲਾਤ ਜ਼ਰੂਰ ਬਦਲਣਗੇ। ਲੇਕਿਨ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਬਦਲੇ ਨੇ ਇਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ, ਪਰ ਇਸ ਨੌਜਵਾਨ ਨੇ ਜੋ ਜੋ ਖੁਲਾਸੇ ਕੀਤੇ ਨੇ, ਆਓ ਪਹਿਲਾਂ ਵੇਖਦੇ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਮੈਂ ਅੱਜ ਲੰਘ ਰਿਹਾ ਸੀ ਇੱਧਰੋਂ ਅਤੇ ਪਤਾ ਨਹੀਂ ਕੀ ਗੁਰੂ ਰਾਮਦਾਸ ਨੇ ਮਿਹਰ ਕੀਤੀ ਅਤੇ ਮੇਰੇ ਵੱਡੇ ਭਰਾ ਮੈਨੂੰ ਮਿਲ ਪਏ। ਕੈਪਟਨ ਸਾਹਿਬ, ਤੁਸੀਂ ਸਾਡੇ ਪਿਓ ਦੀ ਸਹੁੰ ਖਾਧੀ ਸੀ ਕਿ 4 ਦਿਨਾਂ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ। ਆਹ ਵੇਖੋ, ਆਹ ਨਾੜਾਂ ਵੀ ਰਹਿ ਗਈਆਂ ਜੀ, ਆਹ ਵੇਖੋ। ਅਤੇ ਹੈ ਪਸੀਨਾ ਮੈਂ ਹੈਗਾ ਜੀ ਪੀੜਿਤ, ਕਾਲੇ ਪੀਲੀਏ ਨਾਲ। 2 ਮੇਰੇ ਬੇਟੇ, ਵਾਈਫ MA BED, MA ਪਬਲਿਕ ਐਡ ਮੈਂ ਕੀਤੀ, MA ਸੋਸ਼ੋਲੋਜੀ, MA ਪੰਜਾਬੀ, BED ਪੋਲੀਟੈਕਨੀਕਲ, ITI, ਅਤੇ ਬੁੱਢੇ ਹੋ ਗਏ ਹਾਂ, ਬੁੱਢੇ ਹੋ ਗਏ ਹਾਂ, ਇਸ ਚੱਕਰ 'ਚੋਂ ਕੱਢਿਆ ਨਹੀਂ। ਮੈਂ ਪੁਲਿਸ ਨੂੰ ਵੀ ਇਹ ਚੀਜ਼ ਦਾ ਜ਼ਿੰਮੇਵਾਰ ਨਹੀਂ ਮੰਨਦਾ। ਜਦੋਂ ਕਿਸੇ ਦੇ ਘਰ 'ਚ ਅੱਗ ਲੱਗਦੀ ਨਾ, ਗਵਾਂਢੀ ਕਹਿੰਦਾ ਵਾ ਚੰਗਾ ਹੋਇਆ, ਚੰਗਾ ਹੋਇਆ ਇਹ ਪੜ੍ਹਿਆ ਸੀ। 2500 ਰੁਪਈਏ ਦੇ ਮੇਰੇ ਪਿਓ ਨੇ ਮਿਹਨਤ ਕਰ ਕਰਕੇ ਮੈਨੂੰ ਪੜ੍ਹਾਇਆ, ਮਿਹਨਤ ਕਰ ਕਰਕੇ। ਕੋਈ ਸਾਡੀ ਪੈਲੀ ਨਹੀਂ ਸੀ, ਕੋਈ ਸਾਡਾ ਕੋਈ ਕੁਛ ਨਹੀਂ ਸੀ। 2500 ਰੁਪਈਏ ਦੇ ਮਿਹਨਤ ਕਰ ਕਰਕੇ ਮੇਰੇ ਪਿਓ ਨੇ ਮੈਨੂੰ ਖਾਲਸਾ ਕਾਲਜ ਦੇ ਵਿੱਚ ਪੜ੍ਹਾਇਆ। ਪਲੱਸ 1 ਤੋਂ ਖਾਲਸਾ ਕਾਲਜ 'ਚ ਗਏ, ਹੁਣ ਵੀ ਮੈਂ ਨਸ਼ੇ 'ਚ ਜੀ। ਜੇ ਮੈਂ ਨਸ਼ੇ 'ਚ ਨਹੀਂ ਹੁੰਦਾ ਨਾ, ਤਾਂ ਮੈਂ ਮਰਨ ਡਿਆਉਣਾ ਅੰਦਰ, ਅਤੇ ਮੇਰੇ ਕੋਲ ਬਿਆਨ ਨਹੀਂ ਦਿੱਤਾ ਜਾਣਾ, ਸਿੱਧੀ ਗੱਲ ਜੀ। ਅਤੇ ਤੁਸੀਂ ਬੜੀ ਵਧੀਆ ਗੱਲ ਕਹੀ, ਮੇਰੇ ਪਿਓ ਦੀ ਤੁਸੀਂ ਸਹੁੰ ਖਾਧੀ, 4 ਦਿਨਾਂ 'ਚ ਤੁਹਾਡੇ ਕੋਲ ਬੰਦ ਨਹੀਂ ਹੋਇਆ। ਆਹ ਵੇਖ ਲਓ, ਖਜ਼ਾਨੇ ਵਾਲੇ ਤੋਂ ਝਬਾਲ ਤੱਕ 7 ਸਾਲ ਦੇ ਬੱਚੇ ਕੋਲ ਲੈ ਲਓ, ਭਾਵੇਂ ਤੁਹਾਡੀ ਜੇਬ 'ਚ ਪੈਸੇ ਹੋਣੇ ਚਾਹੀਦੇ 7 ਸਾਲ ਦੇ ਬੱਚੇ ਕੋਲ, ਇੰਜੈਕਸ਼ਨ ਵੀ ਨਾਲ ਲਾ ਕੇ ਦੇਣਗੇ। ਅਨਾੜਾਂ ਰਹਿ ਗਈਆਂ ਜੀ, ਅਨਾੜਾਂ ਰਹਿ ਗਈਆਂ ਸਾਰੀਆਂ, ਅਨਾੜਾਂ ਰਹਿ ਗਈਆਂ ਜੀ। ਘਰ ਵੀ ਬਰਬਾਦ ਹੋ ਗਿਆ, ਸਾਰਾ ਸਾਰਾ ਘਰ ਬਰਬਾਦ ਹੋ ਗਿਆ। IAS ਪ੍ਰੀਲਿਮਰੀ ਮੈਂ ਕੱਢਿਆ ਜੇ ਟੈਸਟ, ਪ੍ਰੀਲਿਮਰੀ ਮੈਂ ਕੱਢਿਆ ਜੇ 2004 'ਚ ਪ੍ਰੋਫੈਸਰ ਸੁਲੱਖਣ ਸਿੰਘ ਦੇ ਨਾਲ, ਪ੍ਰੋਫੈਸਰ, ਕਿਉਂਕਿ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸ਼ੁਰੂ ਤੋਂ ਜੁੜਿਆ ਹਾਂ, ਖਾਲਸਾ ਕਾਲਜ ਤੋਂ ਹੀ, ਆਪਣੇ ਮੀਰਾ ਕੋਟ ਸਾਹਿਬ ਦੇ ਨਾਲ, ਅਜੇਪਾਲ ਮੀਰਾ ਕੋਟ ਸਾਹਿਬ ਦੇ ਨਾਲ ਸ਼ੁਰੂ ਤੋਂ ਅੜਿਆ। ਇਹਨਾਂ ਨੇ ਇਹ ਕੀ ਵੇਖਿਆ ਕਿ ਇਹ ਨਾਈਆਂ ਦਾ ਮੁੰਡਾ ਇੰਨਾ ਪੜ੍ਹ ਗਿਆ, ਇਹਨੇ ਪਤਾ ਨਹੀਂ ਅਫਸਰ ਲੱਗ ਜਾਣਾ ਜਾ ਕੇ। ਜਦੋਂ ਕਿਸੇ ਦੇ ਘਰ 'ਚ ਅੱਗ ਲੱਗਦੀ ਨਾ, ਦੂਜਾ ਵੇਂਦਾ ਵਾ, ਪਰ ਇਹ ਅੱਗ ਘਰ ਘਰ ਪਹੁੰਚ ਰਹੀ ਜੇ। ਕੈਪਟਨ ਸਾਹਿਬ, ਇਹ ਅੱਗ ਘਰ ਘਰ ਪਹੁੰਚ ਰਹੀ ਜੇ। ਪੁਲਿਸ ਦਾ ਇਹਦੇ 'ਚ ਕੋਈ ਨਹੀਂ ਜੇ, ਕੋਈ ਰੋਲ ਨਹੀਂ ਜੇ ਪੁਲਿਸ ਦਾ। ਕੋਈ ਕਾਲੀਆਂ ਭੇਡਾਂ ਆਉਣਗੀਆਂ ਵਿੱਚ 5-10, ਪਰ ਪੁਲਿਸ ਵੀ ਸਾਰੀ ਮਾੜੀ ਨਹੀਂ। ਆਹ ਮੇਰੀਆਂ ਨਾੜਾਂ ਵੇਖ ਲਓ,
ਕੋਈ ਨਾੜ ਨਹੀਂ, ਕੋਈ ਨਾੜ ਨਹੀਂ, ਇੱਕ ਨਾੜ ਨਹੀਂ ਜੇ ਮੇਰੀ, ਇੱਕ ਨਾੜ ਨਹੀਂ ਜੇ ਮੇਰੀ ਰਹਿ ਗਈ, ਇੱਕ ਨਾੜ ਨਹੀਂ ਜੇ। 15-14 ਸਾਲ ਦਾ ਬੱਚਾ ਹੋ ਗਿਆ, ਉਹ ਵਹਿੰਦਾ ਰਹਿੰਦਾ ਕਿ ਪਾਪਾ ਕਦੋਂ ਘਰ ਆਉਣ। ਰੋਜ਼ ਕਿੰਨੇ ਦਾ ਨਸ਼ਾ ਲਾਉਂਦੇ ਹੋ? 2000 ਦਾ। ਇੰਨਾ ਪੈਸਾ ਕਿੱਥੋਂ ਆਉਂਦਾ? 2000 ਦਾ। ਚੋਰੀ ਘਰੋਂ ਕਦੀ ਬਾਹਰੋਂ ਨਹੀਂ ਕੀਤੀ, ਘਰ ਦੀਆਂ ਚੀਜ਼ਾਂ ਵੇਚੀਆਂ, ਕਦੀ ਬਾਈਕ ਰਾਤੀ ਗਹਿਣੇ, ਹੁਣ ਆਹ ਵੇਖੋ 60,800 ਦੀ ਕਢਾ ਕੇ ਦਿੱਤੀ ਆ। ਫਿਰ ਵਾਈਫ ਨੇ, ਮੇਰੇ ਸਹੁਰਿਆਂ ਨੇ 60,800 ਦੀ ਆਪਣੀ TVS ਸਪੋਰਟਸ ਸਾਹਮਣੇ ਲੱਗੀ ਆ। ਛੱਡਦੇ ਕਿਉਂ ਨਹੀਂ ਤੁਸੀਂ? ਨਸ਼ਾ ਛਡਾਉਣ ਤਾਂ ਛੱਡੀਏ ਭਾਜੀ, ਛਡਾਉਣ ਤਾਂ ਛੱਡੀਏ। ਸੈਂਟਰ ਖੁੱਲੇ ਹੋਏ ਆ, ਉੱਥੇ ਕੋਈ ਨਹੀਂ ਜੇ, ਕੋਈ ਨਹੀਂ ਜੇ ਸੁਣਦਾ। ਉਹਨਾਂ ਦੀ ਸੱਚਾਈ ਕੀ ਆ? ਉਹਨਾਂ ਦੀ ਸੱਚਾਈ ਇਹ ਆ ਭਾਜੀ, ਉਹਨਾਂ ਦੀ ਸੱਚਾਈ ਇਹ ਆ, ਉੱਥੇ ਬਿਠਾਏ MBBS, ਨਾ ਕਿ MS। ਉੱਥੇ ਕੀ ਸੱਚਾਈ ਆ? ਉਹਨਾਂ ਤੁਹਾਨੂੰ ਲਿਖ ਦੇਣੀਆਂ ਗੋਲੀਆਂ ਨੀਂਦ ਵਾਲੀਆਂ, ਨੀਂਦ ਵਾਲੀਆਂ, ਸੁੱਤੇ ਰਹੋ, ਫੁੱਦੂ ਭਾਂਜੋ ਘਰ ਆ ਗਈ, ਸੁੱਤੇ ਰਹੋ, ਉਹਨਾਂ ਹੋਰ ਤਲਬ ਲੱਗਦੀ ਹੈ। ਹੋਰ ਸੈਂਟਰਾਂ ਦੀ ਸੱਚਾਈ ਕੀ ਆ? ਇੱਕੋ ਸੈਂਟਰ ਅੰਮ੍ਰਿਤਸਰ 'ਚ ਖੁੱਲ੍ਹਾ, ਇਹ ਰੌਲਾ ਪਾਉਂਦਾ ਨਾ ਕਿ ਬੜੇ ਮੈਂ ਸੈਂਟਰ ਖੋਲ੍ਹੇ, ਬੜਾ ਮੈਂ ਕੀਤਾ, ਮੈਂ ਇੱਕੋ ਹੋਰ ਸੈਂਟਰ, ਉਹ ਵੀ ਬੰਦ ਪਿਆ ਜੇ, ਉਹ ਵੀ ਬੰਦ ਪਿਆ ਜੇ, 133 ਬਿਸਤਰਿਆਂ ਦਾ, ਉਹ ਵੀ ਬੰਦ ਪਿਆ ਜੇ। ਤੁਸੀਂ ਅੱਜ ਦਵਾਈ ਲੈਣ ਚੱਲ ਜਾਓ ਨਾ ਉੱਥੇ, ਅਤੇ ਭਾਅ ਜੀ ਉੱਥੇ ਦਵਾਈ ਜਿਹੜੀ ਉਰਲੇ ਬੰਨੇ ਗੁਰੂ ਨਾਨਕ ਹੋਸਪਿਟਲ ਜਿਹੜੀ ਮਿਲਦੀ ਨਾ, ਜਿੱਥੇ ਸਰਕਾਰ ਕਮੇਟੀ ਨੇ ਆ ਕੇ ਬੜਾ ਡੰਡਾ ਵਾਇਆ ਸੀ ਕਿ ਮੁੰਡੇ ਮੂੰਹ ਦੇ ਵਿੱਚੋਂ ਦਵਾਈ ਕੱਢ ਕੇ ਅਤੇ ਇੰਜੈਕਟ ਕਰਦੇ ਸੀ, ਇੰਜੈਕਟ ਕਰਦੇ ਸੀ ਮੁੰਡੇ ਦਵਾਈ ਕੱਢ ਕੇ, ਸਤਿਕਾਰ ਕਮੇਟੀ ਨੇ ਪੂਰਾ ਉੱਥੇ ਛਿੱਤਰਵਾਇਆ ਆ ਕੇ। ਮੁੜ ਕੇ ਭਾਅ ਜੀ ਉੱਥੋਂ ਹਟੇ, ਉਹ ਹੁਣ ਸਾਨੂੰ ਨਹੀਂ ਪਤਾ, ਅਸੀਂ 3 ਦਿਨ ਨਾਲ ਗਏ, 4 ਦਿਨ ਨਾਲ ਗਏ, ਉਹ ਗੋਲੀਆਂ ਉਹਨਾਂ ਨੂੰ ਵੱਜਦੀਆਂ ਜੇ, ਉਹ ਗੋਲੀਆਂ 100 ਰੁਪਏ ਦੀ ਗੋਲੀ ਵਿਕਣ ਡਈ ਜੇ, ਬਾਰੋ ਬਾਰ ਵੇਚੀ ਜਾਂਦੀ ਆ ਉਹ ਗੋਲੀ, ਬਾਰੋ ਬਾਰ ਪਤਾ ਨਹੀਂ ਕਿਤਰਾ ਲੈ ਆਉਂਦੇ ਕਿਤਰਾ ਨਹੀਂ। ਹੋਰ ਕਿੱਥੇ ਜ਼ਿਆਦਾ ਨਸ਼ਾ ਵੇਖ ਰਿਹਾ ਭਾਅ ਜੀ? ਇੱਕ ਤਾਂ ਕੋਰ ਏਰੀਆ ਵਾਲਾ ਸਾਡਾ ਲਾ ਲਓ, ਖਜ਼ਾਨੇ ਵਾਲੇ ਤੋਂ ਲੈ ਕੇ ਝਬਾਰ ਰੋਡ ਸਾਰਾ ਹੀ ਸਾਰਾ, ਅਤੇ ਇੱਕ ਅਨਗੜ੍ਹ ਲਾ ਲਓ ਕੋਰ ਏਰੀਆ, ਅਤੇ ਇੱਕ ਲਾ ਲਓ 88 ਫੁੱਟ ਰੋਡ ਮਜੀਠਾ ਰੋਡ। ਕਿਹੜਾ ਕਿਹੜਾ ਨਸ਼ਾ ਜ਼ਿਆਦਾ ਵੇਖ ਰਿਹਾ ਭਾਅ ਜੀ? ਚਿੱਟਾ ਹੀ, ਸਿਰਫ ਚਿੱਟਾ, ਚਿੱਟਾ। ਰੇਟ ਕੀ ਆ ਉਹਦਾ? ਉਹਦਾ ਰੇਟ 3500 ਨੂੰ, ਇੱਕ ਗ੍ਰਾਮ ਦਾ 3500। ਘਰੋਂ ਤੁਸੀਂ ਚੋਰੀ ਕਰੋ, ਤੁਹਾਨੂੰ ਬੱਚੇ ਉਹਨੇ ਚਿਰ ਤੁਹਾਨੂੰ ਚੰਗੇ ਲੱਗਣੇ ਨਹੀਂ, ਜਿਹਨੇ ਤੁਸੀਂ 500 ਦਾ 1000 ਦਾ ਤੁਸੀਂ ਲਾ ਨਾ ਲਿਆ, ਤੁਹਾਨੂੰ ਬੱਚੇ ਨਹੀਂ ਚੰਗੇ ਲੱਗਣੇ, ਤੁਹਾਨੂੰ ਬੀਵੀ ਨਹੀਂ ਚੰਗੀ ਲੱਗਣੀ। ਭਾਅ ਜੀ 2500 ਰੁਪਈਏ ਮੇਰੇ ਫਾਦਰ ਨੇ ਮਿਹਨਤ ਕਰਕੇ ਇੰਨਾ ਵਧੀਆ ਮੈਨੂੰ ਪੜ੍ਹਾਇਆ, ਇੰਨਾ ਕੋਈ ਬਰਦਾਸ਼ਤ ਨਹੀਂ ਹੋਇਆ। ਬਸ ਉਹ ਮੇਰੀ ਕਿਸਮ ਮਾੜੀ ਸੀ ਕਿ ਮੈਂ ਉੱਥੇ ਬੈਠਾ ਸਾਂ, ਮੈਨੂੰ ਮੇਰੀ ਸਿਰਦਰਦ ਹੋਣ ਡੀ ਸੀ, ਤਾਂ ਮੇਰਾ ਪਬਲਿਕ ਐਡ ਦਾ ਸਮੈਸਟਰ 2 ਦਾ ਪੇਪਰ ਸੀ ਆਪਣੇ ਫਾਈਨੈਂਸ਼ੀਅਲ ਐਡਮਿਨਿਸਟ੍ਰੇਸ਼ਨ ਦਾ, ਅਤੇ ASI ਨੇ, ASI ਸਾਡੇ ਉੱਤੇ ਰਹਿੰਦਾ ਸੀ ਭਾਅ ਜੀ, ਮੋਹਣੀ ਪਾਰਕ ਡੂੰਘੇ ਕੁਆਟਰਾਂ 'ਚ, ਦਸ਼ਮੇਸ਼ ਅਕੈਡਮੀ ਦੇ ਲਾਗੇ ਡੂੰਘੇ ਕੁਆਟਰ ਐਂਟਰੀ ਦਿੰਦੇ ਸੀ। ਇਹ ਨਾ 35 ਕਿਲੋਮੀਟਰ ਤੋਂ ਅੱਗੇ ਨਹੀਂ ਦਿੰਦੇ, 35 ਕਿਲੋਮੀਟਰ ਤੋਂ ਅੱਗੇ ਹੋਣਾ ਚਾਹੀਦਾ ਪਿੰਡ, ਅਤੇ ਇਹ ਨਹੀਂ ਦਿੰਦੇ ਆਪਾਂ ਨੂੰ ਕਮਰਾ, ਠੀਕ ਹੈ ਜੀ? ਅਸੀਂ ਉੱਥੇ ਕਮਰਾ ਲੈ ਲਿਆ, ਤਿੰਨ ਜਾਣਿਆਂ ਨੇ ਉਹਦੇ ਉੱਤੇ ASI ਰਹਿੰਦਾ ਸੀ, ਕਹਿੰਦਾ ਯਾਰ 2 ਲੈਣਾ ਵਾਲਾ ਵੇਖੀ ਪੇਪਰ ਕਿਤਰਾ ਹੁੰਦਾ। ਭਾਅ ਜੀ ਉਹ ਨਾ ਮੈਨੂੰ ਇੰਨੀਆਂ ਉਲਟੀਆਂ ਲੱਗੀਆਂ। ਕਿਹੜੇ ਸਾਲ ਦੀ ਗੱਲ ਹੈ ਇਹ? ਭਾਅ ਜੀ 2004 ਦੀ, 2004 ਤੋਂ ਬਾਅਦ ਨਿਕਲਿਆ ਨਹੀਂ ਗਿਆ। ਉਦੋਂ ਵੀ ਚਿੱਟਾ ਲਾਇਆ ਕਿ ਸਮੈਕ ਚੱਲਦਾ ਨਾ? ਉਦੋਂ ਸਮੈਕ ਸੀ। ਅਤੇ ਕੈਪਟਨ ਸਾਹਿਬ ਮੈਂ ਤੁਹਾਨੂੰ ਇੱਕੋ ਬੇਨਤੀ ਕਰਦਾ, ਆ ਕਾਲੀਆਂ ਭੇਡਾਂ ਜਿਹੜੀਆਂ, ਸਾਰੀ ਪੰਜਾਬ ਪੁਲਿਸ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ, ਕਾਲੀਆਂ ਭੇਡਾਂ ਜਿਹੜੀਆਂ ਉਹਨਾਂ 'ਤੇ ਨੱਥ ਪਾਓ ਅਤੇ ਘਰ ਬਚਾਓ। ਸਾਡੇ 'ਤੇ ਬਾਲੇ ਵੀ ਡਿੱਗ ਪਏ, ਇੰਨੇ ਵਧੀਆ ਘਰ ਸੀ, ਆਪਣੇ ਹੱਥੀਂ ਬਰਬਾਦ ਕੀਤਾ ਹੀ ਮੈਂ, ਜਾ ਮੈਂ ਆਪਣੇ ਹੱਥੀਂ ਬਰਬਾਦ ਕੀਤਾ ਹੀ, ਕਰੀ ਗੱਲ ਹੁਣ ਸਦਨ 'ਚ, ਮੈਂ ਆਪਣੇ ਹੱਥੀਂ ਬਰਬਾਦ ਕੀਤਾ ਹੀ।
ਔਰ ਦੋਸਤੋ ਇਸ ਨੌਜਵਾਨ ਨੇ ਦੱਸਿਆ ਕਿ ਕੋਈ ਵੀ ਘਰ ਅਜਿਹਾ ਨਹੀਂ ਹੈ, ਕੋਈ ਵੀ ਨੌਜਵਾਨ ਅਜਿਹਾ ਨਹੀਂ ਹੈ ਜੋ ਇਹਨਾਂ ਦੀ ਨਸ਼ਿਆਂ ਦੀ ਮਾਰ ਤੋਂ ਬਚਿਆ ਹੋਵੇ। ਉਹ ਲੋਕ ਬਹੁਤ ਖੁਸ਼ਕਿਸਮਤ ਨੇ, ਉਹ ਨੌਜਵਾਨ ਕਿਸਮਤ ਨੇ ਜਿਨ੍ਹਾਂ ਦੇ ਕੋਲ ਅੱਜ ਤੱਕ ਨਸ਼ੇ ਨੇ ਪਹੁੰਚ ਨਹੀਂ ਕੀਤੀ, ਪਰ ਜ਼ਿਆਦਾ ਕਰਕੇ ਘਰਾਂ ਦੇ ਘਰ ਪਰਿਵਾਰਾਂ ਦੇ ਪਰਿਵਾਰ ਖਤਮ ਹੋ ਚੁੱਕੇ ਨੇ ਔਰ ਇਸ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ। ਦੂਸਰੀ ਗੱਲ ਇਹ ਹੈ ਕਿ ਉਸਨੇ ਆਪਣੀ ਹੱਡਬੀਤੀ ਵੀ ਦੱਸੀ ਹੈ ਕਿ ਮੈਂ ਕਿਸ ਤਰ੍ਹਾਂ ਇਹਨਾਂ ਲੋਕਾਂ ਦਾ ਸ਼ਿਕਾਰ ਬਣਿਆ ਔਰ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਸਰੀਰ ਪੂਰੇ ਦਾ ਪੂਰਾ ਸਰਿੰਜਾਂ ਦੇ ਨਾਲ ਵਿੰਨਿਆ ਹੋਇਆ ਹੈ। ਔਰ ਦੋਸਤੋ ਵੱਡੀ ਗੱਲ ਇਹ ਹੈ, ਮੌਕੇ ਦੀਆਂ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਵਿਸ਼ਿਆਂ ਨੂੰ ਜਦੋਂ ਵੀ ਵਾਇਰਲ ਹੋਣ ਉਹਨਾਂ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ, ਉਸ 'ਤੇ ਤੁਰੰਤ ਕੰਮ ਕਰਨਾ ਚਾਹੀਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੈਪਟਨ ਸਾਹਿਬ ਦੀ ਪੂਰੀ ਸਰਕਾਰ ਔਰ ਪੂਰੇ ਆਫਿਸਰ ਵੱਲੋਂ ਇਹ ਬਕਾਇਦਾ ਤੌਰ 'ਤੇ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਤੁਸੀਂ ਨਸ਼ਿਆਂ ਦੀ ਜੜ੍ਹ ਨੂੰ ਹੀ ਖਤਮ ਕਰਨਾ ਹੈ ਔਰ ਉਸ ਦੇ ਵਿੱਚ ਪੰਜਾਬ ਸਰਕਾਰ ਲੱਗੀ ਵੀ ਹੋਈ ਹੈ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫ੍ਰੀ ਰਿਲੀਫ ਮਿਲਿਆ, 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫ੍ਰੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫ੍ਰੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੁਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।